ਪੰਜਾਬ ਦੇ ਵਿੱਚ ਇੱਕ ਵਾਰ ਫੇਰ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ ਦੋ ਧਿਰਾਂ ਵਿਚਾਲੇ ਗੋਲੀਆਂ ਚੱਲ ਗਈਆਂ ਨੇ, ਤਾਬੜਤੋੜ ਫਾਇਰਿੰਗ ਹੋਈ ਹੈ ਤੇ ਪੂਰੀ ਵਾਰਦਾਤ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਜਲੰਧਰ ਪਠਾਨਕੋਟ ਬਾਈਪਾਸ ਤੇ ਗੋਲੀਆਂ ਚੱਲੀਆਂ ਨੇ ਤੇ ਇਸ ਦੌਰਾਨ ਪੁਲਿਸ ਨੇ ਕਈ ਖੋਲ ਵੀ ਬਰਾਮਦ ਕੀਤੇ ਨੇ। ਦੋ ਧਿਰਾਂ ਵਿਚਾਲੇ ਫਾਇਰਿੰਗ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ 8 ਤੋਂ 10 ਬਾਈਕਸ ਤੇ ਬਦਮਾਸ਼ ਸਨ ਤੇ ਇਸ ਦੌਰਾਨ ਇੱਕ ਥਾਰ ਤੇ ਵੀ ਕੁਝ ਬਦਮਾਸ਼ ਸਵਾਰ ਸੀ, ਇੱਕ ਦੂਜੇ ਤੇ ਫਾਇਰਿੰਗ ਕੀਤੀ ਗਈ ਹੈ। ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਦੱਸ ਦਈਏ ਕਿ ਜਲੰਧਰ ਪਠਾਨਕੋਟ ਬਾਈਪਾਸ ਤੇ ਗੋਲੀਆਂ ਚਲਾਈਆਂ ਨੇ। ਜਲੰਧਰ ਦੇ ਨੇੜੇ ਇਹ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ ਦੋ ਧਿਰਾਂ ਵਿਚਾਲੇ ਫਾਇਰਿੰਗ ਹੋਈ ਹੈ। ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ, ਘਟਨਾ ਸਥਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਕਈ ਗੋਲੀਆਂ ਦੇ ਖੋਲ ਵੀ ਬਰਾਮਦ ਹੋਏ ਨੇ। ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਦੱਸ ਦਈਏ ਕਿ ਜਲੰਧਰ ਪਠਾਨਕੋਟ ਬਾਈਪਾਸ ਤੇ ਗੋਲੀਆਂ ਚੱਲੀਆਂ ਨੇ, ਮੌਕੇ ਤੇ ਪੁਲਿਸ ਪਾਰਟੀ ਪਹੁੰਚੀ ਹੈ, ਕਈ ਖੋਲ ਬਰਾਮਦ ਕੀਤੇ ਗਏ ਨੇ। ਪ੍ਰਤੱਖ ਦਰਸ਼ੀਆਂ ਦੇ ਮੁਤਾਬਕ 8 ਤੋਂ 10 ਬਾਈਕਸ ਤੇ ਆਏ ਬਦਮਾਸ਼ ਸੀ ਤੇ ਇੱਕ ਥਾਰ ਦੇ ਵਿੱਚ ਸੀ ਤੇ ਇੱਕ ਦੂਜੇ ਤੇ ਜੰਮ ਕੇ ਫਾਇਰਿੰਗ ਕੀਤੀ ਗਈ ਹੈ। ਐਕਸਕਲੂਸਿਵ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਕਿਵੇਂ ਤਾਬੜਤੋੜ ਫਾਇਰਿੰਗ ਕੀਤੀ ਜਾ ਰਹੀ ਹੈ। ਤਾਂ ਹੁਣ ਪੁਲਿਸ ਲਗਾਤਾਰ ਜਿਹੜੇ ਬਦਮਾਸ਼ ਨੇ ਜਿਨ੍ਹਾਂ ਦੇ ਵਿਚਾਲੇ ਫਾਇਰਿੰਗ ਹੋਈ ਹੈ ਉਹਨਾਂ ਦੀ ਭਾਲ ਕਰ ਰਹੀ ਹੈ। ਉਹ ਝਗੜਾ ਹੋਇਆ ਨਾ, ਅਭੀ ਇਹ ਲੜਕੀ ਤੇ ਮੇਰੀ ਯਹਾਂ ਪਰ ਉਹ ਮਸੋਲਾ ਦਿਆ ਥਾ, ਅਰੇ ਬੱਚੇ ਕੋ ਲੈ ਕੇ ਮਿਠਾਈ ਪਿਲਾਣੇ ਕੇ ਲਈ ਵਹਾਂ ਸਭ ਆ ਗਏ ਥੇ, ਮਿਠਾਈ ਪਿਲਾਣੇ ਕੇ ਲਈ ਮੈਂ ਕੋ ਮਿਠਾਈ ਪਿਲਾਏਂਗੇ ਬੱਚੇ। ਅਬ ਅਤਨੇ ਸੇ ਵੋ ਤਾਂ ਇਧਰ ਸੇ ਖਾਲੀ ਥਾਰ ਆਈ ਥੀ ਉਸਕੋ ਵੀ, ਔਰ ਉਹ ਬੰਦੇ ਇਧਰ ਵੀ ਖੜੇ ਹੋਏ ਥੇ, ਉਹ ਵੀ ਖੜੇ ਹੋਏ ਥੇ, ਉਹ ਤੋ ਆਜ ਜੈਸੇ ਆਇਆ ਨਾ, ਆਜ ਜੈਸੇ ਉਹ ਗਾੜੀ ਪੇ ਕੋਈ ਨੀਕੀ ਮਾਰ ਰਹੇ, ਪੱਥਰ ਕੀ ਮਾਰ ਰਹੇ, ਕੋ ਕਿਆ ਕਿਆ ਕਰ ਰਹੇ, ਜਿਤਰਾਮ ਤੋਂ ਕੋਈ ਕਿਆ ਕਿਆ ਚਲਾ ਰਹੇ ਹੈ, ਕੋਨਾ ਕੋਨ ਹੋ ਗਿਆ, ਅਸੀਂ ਕਰ ਗਏ ਕੋ 10-12 ਗਾੜੀ ਦੀ ਬਾਬੂ ਪਰ ਜਿਤਰਾਮ ਤੋਂ ਫਿਰ ਮੇਰਾ ਤੇ ਉਧਰ ਤੇ ਜਾਨ ਨਹੀਂ ਦਿਆ ਮੈਨੇ, ਪਰ ਮੇਰੇ ਦੋਨੇ ਬੱਚੇ ਕੋ ਪਕੜ ਕੇ ਔਰ ਇਸਕੋ ਪਕੜ ਕੇ ਮੈਂ ਇਧਰ ਸਾਈਡ ਮੈਂ ਆ ਗਏ। ਮੈਂ ਤਾਂ ਦੂਸਰੇ ਕੋ ਗੋਲੀ ਚਲਾ ਰਹੇ ਸੀ ਦੋਨੋਂ। ਹਾਂ ਉਧਰ ਚਲਾ ਰਹੇ ਹੋ, ਉਧਰ ਉਧਰ। ਅੱਛਾ ਹਾਂ ਉਧਰ, ਉਸਕਾ ਤੋ ਆਵਾਜ਼ ਸਭ ਲੋਗ ਨੂੰ ਸੁਣਾ ਇਧਰ, ਹਾਂ ਸਭ ਲੋਗ ਨੂੰ ਸੁਣਾ, ਉਸਕਾ ਤੋ ਉਧਰ ਚੱਲ ਰਹੇ ਤੇ ਉਹ ਗੋਲੀ ਕਿਤਨੀ ਗੋਲੀ ਚਲੇ ਕੁਛ ਪਤਾ ਹੈ? ਦੋ ਮੇਰੇ ਕੋ ਤੋ ਇੱਕ ਵਾਰ ਕਾ ਜਾਨ ਹੈ, ਫਿਰ ਦੋ ਬੱਚੇ ਕੋ ਲੈ ਕੇ ਇਧਰ ਸਾਈ, ਹਾਂ ਜਾਨ ਹੈ ਨਾ, ਗੋਲੀ ਕਿਤਨੀ ਵਾਰ ਸੁਣੀ? ਦੋ ਵਾਰ, ਦੋ ਵਾਰ ਸੁਣੀ। ਕੋਈ ਰਾਗੀ ਸੀਗਾ ਜਨਤਾ, ਉਹਨਾਂ ਦੇ ਕੋ ਆਪਸ ਵਿੱਚ ਨੰਚਸ਼ ਹੋ ਗਈ ਜਾਂ ਕਿਦਾਂ? ਉਹਦੇ ਵਿੱਚ ਸਾਡਾ ਅੱਗੇ ਨਾਕਾ ਲੱਗਾ ਸੀਗਾ ਪਠਾਨਕੋਟ ਚੌਂਕ ਦੇ ਵਿੱਚ, ਤੇ ਉਹ ਬੰਦੇ ਨੂੰ ਕੁੱਟ ਰਹੇ ਸੀਗੇ। ਸਾਨੂੰ ਕਿਤੇ ਰਾਹਗੀ ਨਾ ਜਾ ਕੇ ਦੱਸਿਆ ਵੀ ਬੰਦੇ ਨੂੰ ਉਹ ਵਾਢੇ ਟੋਕ ਕਰ ਰਹੇ ਆ, ਤੇ ਅਸੀਂ ਉਹਦੇ ਪਿੱਛੇ ਗਏ। ਉਹਨੇ 5 ਫੈਰ ਉਹ ਬੰਦੇ ਦੇ ਕੀਤੇ ਤੇ 4 ਜਾਂ 5 ਫੈਰ, ਤੇ ਜਿਹਦੇ ਵਿੱਚੋਂ ਇੱਕ ਜਿੰਦਾ ਰੌਂਦ ਬਰਾਮਦ ਕਰ ਲਿਆ ਤੇ 2 ਚੱਲੇ ਹੋਏ ਕਾਰਤੂਸ ਬਰਾਮਦ ਕੀਤੇ ਆ, ਉਹ ਮੇਰੇ ਕੋਲ ਇਸ ਵੇਲੇ। ਉਹ ਬੰਦੇ ਟਰਾਂਸਪੋਰਟ ਨਗਰ ਵੱਲੋਂ ਫੈਰ ਕਰਦੇ ਚਲ ਗਏ ਆ, ਤੇ ਜਿਹੜਾ ਜ਼ਖਮੀ ਆ ਬੰਦਾ ਉਹ ਅਸੀਂ ਕਪੂਰ ਹਸਪੀਟਲ ਦਾਖਲ ਕਰਾਤਾ ਜੀ। ਕਿੰਨੇ ਬੰਦੇ ਜ਼ਖਮੀ ਆ? ਬੰਦਾ ਜੀ ਇਸ ਵੇਲੇ ਸਾਡੇ ਕੋਲ ਇੱਕ ਆ, ਬਾਕੀ ਹੋ ਸਕਦੇ ਅੱਗੇ ਪਿੱਛੇ ਦੌੜ ਗਏ। ਹੁਣ ਤੋਂ ਗੱਡੀ ਦੇ ਵਿੱਚ ਕਿੰਨੇ ਜਾਣੇ ਸੀ? ਉਹ ਜੀ 5-6 ਬੰਦੇ ਸੀਗੇ। ਕੀ ਉਹਨਾਂ ਨੇ ਪਹਿਲੇ ਹਮਲਾ ਕੀਤਾ ਤੇ ਹਥਿਆਰਾਂ ਦੇ ਨਾਲ ਜਾਂ ਸਿੱਧੇ ਫਾਇਰਿੰਗ ਜੀ? ਉਹ ਮੁੰਡੇ ਦੇ ਕਿਰਪਾਨਾਂ ਜਾਂ ਕੁੱਟਮਾਰ ਕੀਤੀ ਆ, ਜਦੋਂ ਅਸੀਂ ਦੂਰੀ ਤੇ ਸੀਗੇ ਉਹਨੇ ਫਾਇਰ ਕੀਤਾ ਤੇ ਫਾਇਰ ਕਰਦੇ ਟਰਾਂਸਪੋਰਟ ਨਗਰ ਵੱਲ ਚਲ ਗਏ ਕਾਰ। ਕੀ ਇਹ ਗੈਂਗਵਾਰ ਲੱਗਦੀ ਹੈਗੀ? ਗੈਂਗਵਾਰ ਹੋ ਸਕਦੀ ਆ ਜੀ, ਉਹਨਾਂ ਪਤੇ ਲੱਗੂਗਾ ਮੁੰਡਾ ਆਜੂ, ਤਫਤੀਸ਼ ਕਰ ਸਕਦੇ ਆ ਜੀ। ਕੋਈ ਸੀਸੀਟੀਵੀ ਫੁਟੇਜ ਜਾਂ ਕੁਛ ਆਇਆ? ਨਹੀਂ ਜੀ, ਉਹਦੇ ਵਿੱਚ ਕੈਮਰੇ 'ਚ ਪਤਾ ਲੱਗ ਸਕਦਾ ਕਿੱਥੇ ਵਾਕਿਆ ਹੋਇਆ ਜੀ। ਹਾਂਜੀ, ਅਸੀਂ ਕੋਈ ਮੂਵੀ ਨਹੀਂ ਬਣਾਈ ਨਾ ਸਾਡੇ ਕੋਲ ਸੋਸਾਇਟੀ ਜਲਦੀ ਦੇ ਵਿੱਚ, ਰੋਜ਼ ਰੂਪ ਬਰਾਮਦ ਕਰ ਲਿੱਤੇ।